ਸਤਿ ਸ੍ਰੀ ਅਕਾਲ ਦੋਸਤੋ, ਮੈਂ ਪ੍ਰਗਟ ਸਿੰਘ ਭੁੱਲਰ। ਅੱਜ ਸਪੈਸ਼ਲ ਵੀਡੀਓ ਆਪਾਂ ਸ਼ੂਟ ਕੀਤੀ ਹੈ ਜੀ ਗੁਰਜੀਤ ਸਿੰਘ ਜੀ ਕੋਲ, ਜਿਹੜੇ ਕਿ ਦੇਸੀ ਤਰੀਕੇ ਨਾਲ ਗੁੜ ਦਾ ਨਿਰਮਾਣ ਕਰਦੇ ਨੇ, ਉਹਨੂੰ ਬਣਾਉਂਦੇ ਨੇ ਅਤੇ ਬਿਨਾਂ ਕਿਸੇ ਮਿਲਾਵਟ ਤੋਂ ਬਣਾਉਂਦੇ ਨੇ। ਅਗਰ ਤੁਸੀਂ ਖਰੀਦਣਾ ਚਾਹੁੰਦੇ ਤਾਂ ਖਰੀਦ ਵੀ ਸਕਦੇ ਹੋ। ਰਿਕੁਐਸਟ ਹੈ ਕਿ ਜੇਕਰ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰ ਲਵੋ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਪ੍ਰਗਟ ਸਿੰਘ ਭੁੱਲਰ। ਅੱਜ ਮੈਂ ਸਪੈਸ਼ਲ ਪਿੰਡ ਜੋਗੇਵਾਲਾ ਡਿਸਟ੍ਰਿਕਟ ਫਿਰੋਜ਼ਪੁਰ ਦੇ ਵਿੱਚ ਸਰਦਾਰ ਗੁਰਜੀਤ ਸਿੰਘ ਵਿਰਕ ਜੀ ਹੋਣਾਂ ਕੋਲ ਆਇਆ। ਮਕਸਦ ਮੇਰਾ ਇਹ ਸੀਗਾ ਕਿ ਮਾਰਕੀਟ ਦੇ ਵਿੱਚ ਅਵੇਲੇਬਲ ਜਿਹੜਾ ਸਾਨੂੰ ਮਿਲ ਰਿਹਾ ਗੁੜ ਹੈ ਉਹ ਕਿਸ ਤਰ੍ਹਾਂ ਤਿਆਰ ਹੁੰਦਾ ਅਤੇ ਉਹਦੇ ਵਿੱਚ ਫਰਕ ਕੀ ਹੈ, ਜਾਂ ਅਸਲੀ ਦੇਸੀ ਗੁੜ ਜਿਹੜਾ ਤਿਆਰ ਕਿਸ ਤਰ੍ਹਾਂ ਹੁੰਦਾ। ਵੀਰ ਜੀ ਉਹਨਾਂ ਨੇ ਘਲਾੜੇ ਦਾ ਕੰਮ ਕੀਤਾ ਹੋਇਆ, ਆਪਣੇ ਖੇਤ ਦੇ ਵਿੱਚ ਆਪਣਾ ਗੰਨਾ ਬੀਜ ਕੇ ਖੁਦ ਆਪ ਗੁੜ ਤਿਆਰ ਕਰਦੇ ਨੇ, ਅਤੇ ਮੈਂ ਚਾਹੁੰਦਾ ਸੀਗਾ ਕਿ ਜਿਹੜਾ ਦੇਸੀ ਗੁੜ ਤਿਆਰ ਕਰਨ ਦਾ ਤਰੀਕਾ ਆਪਾਂ ਵੀਰ ਜੀ ਉਹਨਾਂ ਤੋਂ ਪਤਾ ਕਰੀਏ। ਸੋ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਾਨੂੰ ਦੇਸੀ ਗੁੜ ਕਿਸ ਤਰ੍ਹਾਂ ਤਿਆਰ ਹੁੰਦਾ ਜਾਂ ਘਰ ਦਾ ਗੁੜ ਕਿਸ ਤਰ੍ਹਾਂ ਤਿਆਰ ਹੁੰਦਾ, ਇਸ ਚੀਜ਼ ਬਾਰੇ ਜਾਣਕਾਰੀ ਦਿਓ ਅਤੇ ਇਹਦੇ ਵਿੱਚ ਕੀ ਪਾਰਟ ਨੇ, ਕੀ ਕੰਮ ਆ ਜਿਹੜੇ ਅਸੀਂ ਕਰਨੇ ਹੁੰਦੇ ਨੇ? ਸਾਡਾ ਫਸਟ ਕੰਮ ਤਾਂ ਹੈ ਜੀ, ਪਹਿਲਾਂ ਅਸੀਂ ਆਪਣੇ ਘਲਾੜੇ 'ਤੇ, ਆ ਤੁਹਾਡੇ ਸਾਹਮਣੇ ਹੈ ਜੀ, ਹਾਂਜੀ, ਇਹਦੇ 'ਤੇ ਰੋਹ ਕੱਢ ਲੈਂਦੇ ਹਾਂ, ਰੋਹ ਤਿਆਰ ਕਰ ਲੈਂਦੇ ਹਾਂ ਜੀ। ਠੀਕ ਹੈ। ਉਸ ਤੋਂ ਬਾਅਦ ਇੱਥੇ ਤੁਹਾਡੇ ਬੈਕ ਸਾਈਡ ਡਰੰਮ, ਇਹਦੇ 'ਚ ਰੋਹ ਸਟੋਕ ਹੋ ਜਾਂਦੀ ਹੈ ਜੀ ਇਸ ਡਰੰਮ ਦੇ ਵਿੱਚ? ਹਾਂਜੀ। ਅੱਛਾ, ਇਸ ਡਰੰਮ ਦੇ ਵਿੱਚ ਤੁਸੀਂ ਜਿਹੜੀ ਰੋਹ ਆ ਉਹ ਸਟੋਰ ਕਰ ਲੈਂਦੇ? ਹਾਂਜੀ, ਇਹਦੇ ਵਿੱਚ ਅਸੀਂ ਇਹਨੂੰ ਸਟੋਰ ਕਰ ਲੈਂਦੇ ਹਾਂ ਜੀ। ਠੀਕ ਹੈ। ਉਸ ਤੋਂ ਬਾਅਦ 5 ਪੀਪੇ ਦਾ ਜਾਂ 6 ਪੀਪੇ ਦਾ, ਹਾਂਜੀ, ਟਰਨ ਬਾਏ ਟਰਨ ਮਤਲਬ ਅਸੀਂ ਉਹਨਾਂ ਕੜਾਹਿਆਂ 'ਚ ਪਾਈ ਜਾਂਦੇ ਹਾਂ ਜੀ। ਅੱਛਾ ਜੀ। ਅਤੇ ਗੁੜ ਦੇਸੀ ਤਿਆਰ ਕਰੀ ਜਾਂਦੇ ਹਾਂ ਜੀ। ਇਸ ਕੜਾਹੀ ਦੇ ਵਿੱਚ ਤੁਸੀਂ ਕਿੰਨੇ ਪੀਪੇ ਇੱਕ ਵਾਰੀ ਰੋਹ ਪਾਉਣੀ? 6 ਪੀਪੇ ਜੀ। 6 ਪੀਪੇ। 6 ਪੀਪੇ ਪਾਉਣ ਨਾਲ ਕਿੰਨਾ ਗੁੜ ਤਿਆਰ ਹੁੰਦਾ ਜੀ? 18-20 ਕਿਲੋ ਜੀ। 18-20 ਕਿਲੋ। ਇੱਕ ਬੜੀ ਵੱਡੀ ਮਿਲਾਵਟ ਹੁੰਦੀ ਹੈ ਜੀ ਇਸੇ ਸਟੇਜ 'ਤੇ ਗੁੜ ਦੀ। ਬਿਲਕੁਲ ਜੀ, ਬਿਲਕੁਲ। ਉਹ ਕੀ ਮਿਲਾਵਟ ਹੈ ਅਤੇ ਤੁਸੀਂ ਕਿਉਂ ਨਹੀਂ ਕਰਦੇ, ਇਸ ਬਾਰੇ ਜਾਣਕਾਰੀ ਦਿਓ ਸਾਨੂੰ। ਅਸੀਂ ਤਾਂ ਜੀ ਜਿਵੇਂ ਕੁਦਰਤੀ ਗੁੜ ਹੈ ਜੀ, ਜਿਵੇਂ ਬਣਦਾ ਆਪਣੇ ਜਟਕਾ ਫਾਰਮੂਲੇ ਨਾਲ ਬਣਾਉਂਦੇ ਹਾਂ ਜੀ। ਬਾਕੀ ਅਸੀਂ ਤਾਂ ਰੱਬ ਨੂੰ ਯਾਦ ਕਰਕੇ ਇਹ ਗੱਲ ਕਹਿੰਦੇ ਹਾਂ ਜੀ ਵੀ ਅਸੀਂ ਇਹਦੇ 'ਚ ਕਦੀ ਕੋਈ ਹੇਰਾ ਫੇਰੀ ਜਾਂ ਕਦੀ ਕੋਈ ਖੰਡ ਮਿਕਸ ਜਾਂ ਕੋਈ ਕੈਮੀਕਲ ਮਿਕਸ ਕਦੀ ਕੁਛ ਨਹੀਂ ਕੀਤਾ। ਜਿਹੜੀ ਇਹਦੇ ਉੱਪਰ ਤੁਸੀਂ ਦੇਖਦੇ ਪਾ ਜੇ ਮੈਲ ਵੀ ਆਉਂਦੀ ਹੈ, ਉਹ ਵੀ ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਵੀ ਕੁਦਰਤੀ ਤਰੀਕੇ ਨਾਲ ਇਹਨੂੰ ਉਤਾਰਿਆ ਜਾਵੇ। ਠੀਕ ਹੈ। ਭਿੰਡੀ ਦਾ ਪਾਣੀ ਲਾ ਕੇ ਜਾਂ ਫਾਲਸੇ ਦੇ ਸੱਕ ਦਾ ਪਾਣੀ ਲਾ ਕੇ ਜਾਂ ਥੋੜ੍ਹਾ ਬਹੁਤ ਥੋੜ੍ਹੀ ਮਾਤਰਾ 'ਚ ਮਿੱਠਾ ਸੋਡਾ ਲਾ ਕੇ। ਮਿੱਠਾ ਸੋਡਾ ਤਾਂ ਵੈਸੇ ਅਸੀਂ ਖਾਣ ਦੇ ਵਿੱਚ ਹੀ ਉਪਯੋਗ ਕਰਦੇ ਹਾਂ, ਕੋਈ ਐਡੀ ਖਾਸ ਮਾੜੀ ਗੱਲ ਨਹੀਂ ਹੈਗੀ। ਸਾਡੀ ਕੋਸ਼ਿਸ਼ ਹੁੰਦੀ ਵੀ ਇਹਦੀ ਮੈਲ ਜਿਹੜੀ ਇਹਦੀ ਮਤਲਬ ਉਹ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਦੇ ਉੱਪਰ ਆਉਂਦਾ, ਹਾਂਜੀ ਹਾਂਜੀ, ਉਹ ਲੈ ਜੇ, ਰੋਹ ਸਾਫ਼ ਹੋ ਜੇ, ਗੰਨੇ ਦਾ ਰਸ ਸਾਫ਼ ਹੋ ਜੇ। ਠੀਕ ਹੈ। ਜਿੰਨਾ ਜ਼ਿਆਦਾ ਗੰਨੇ ਦਾ ਰਸ ਸਾਫ਼ ਹੋਵੇਗਾ ਉਨਾ ਹੀ ਜ਼ਿਆਦਾ ਗੁੜ ਵਧੀਆ ਬਣੇਗਾ। ਅੱਛਾ ਜੀ। ਠੀਕ ਹੈ। ਤੁਸੀਂ ਤੁਹਾਡੀ ਬੈਕ ਸਾਈਡ ਗੁੜ ਪਿਆ ਵੀ ਹੈ? ਹਾਂਜੀ ਹਾਂਜੀ, ਬਿਲਕੁਲ। ਹਾਲੇ ਸਾਡਾ ਨਵਾਂ ਕੰਮ, ਇਸ ਕਰਕੇ ਥੋੜ੍ਹਾ ਜਿਹਾ ਮਤਲਬ ਇਹ ਬਿਲਕੁਲ ਪਿਓਰ, ਬਿਲਕੁਲ 100% ਪਿਓਰ ਗੁੜ ਹੈ ਜੀ। ਜਿਹੜੀ ਮਿਲਾਵਟ ਕੀਤੀ ਜਾਂਦੀ ਹੈ ਗੁੜ ਦੇ ਵਿੱਚ ਉਹ ਕਿਸ ਤਰ੍ਹਾਂ ਦੀ ਮਿਲਾਵਟ ਹੈ? ਮਿਲਾਵਟ ਜਦੋਂ ਗੁੜ ਖੀਰਲੇ ਟਾਈਮ 'ਤੇ ਆਉਂਦਾ ਬਣਦੇ ਟਾਈਮ 'ਤੇ, ਹਾਂਜੀ, ਉਦੋਂ ਇਹਦੇ ਵਿੱਚ ਕੱਚੀ ਰੋਹ ਵੀ ਪੈ ਜਾਂਦੀ ਹੈ ਇੱਕ ਪੱਤ ਦੇ ਵਿੱਚ, ਇੱਕ ਪੂਰ ਦੇ ਵਿੱਚ 2-3 ਕਿਲੋ 4 ਕਿਲੋ। ਠੀਕ ਹੈ। ਜਿਵੇਂ 18-20 ਰੁਪਏ ਕਿਲੋ ਹਲਕੀ ਬੂਰਾ ਖੰਡ ਮਿਲ ਜਾਂਦੀ ਹੈ, ਉਹ ਵੀ ਮਿਕਸ ਹੋ ਜਾਂਦੀ ਹੈ ਜੀ। ਠੀਕ ਹੈ। ਮਤਲਬ ਇਹਦਾ ਵਜ਼ਨ ਵਧਾਉਣ ਲਈ ਹੋਰ ਵੀ ਕਈ ਤਰੀਕੇ ਅਪਣਾਏ ਜਾਂਦੇ ਨੇ, ਪਰ ਸਾਨੂੰ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਜੀ। ਅਸੀਂ ਤਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਅਰਦਾਸ ਬੇਨਤੀ ਕਰਕੇ ਕੰਮ ਸ਼ੁਰੂ ਕੀਤਾ ਵੀ ਅਸੀਂ ਜੋ ਬਣਾਉਣਾ ਪਿਓਰ ਬਣਾਉਣਾ। ਠੀਕ ਹੈ। ਮਿਲਾਵਟ ਕੋਈ ਨਹੀਂ? ਮਿਲਾਵਟ ਨਹੀਂ ਸਾਡੇ ਵੱਲੋਂ। ਇਹ ਵੀ ਆਫਰ ਹੈ ਜੀ ਸਾਡੇ ਕਸਟਮਰਸ ਨੂੰ ਵੀ ਆਪਣਾ ਆਣ ਕੇ ਉੱਤੇ ਖਲੋ ਕੇ ਆਪਦੀਆਂ ਨਜ਼ਰਾਂ ਦੇ ਸਾਹਮਣੇ ਗੁੜ ਤਿਆਰ ਕਰਕੇ ਸਾਡੇ ਤੋਂ ਲੈ ਕੇ ਜਾਓ। ਠੀਕ ਹੈ। ਹਾਂਜੀ। ਇਹ ਇਹਨੂੰ ਇਸੇ ਤਰ੍ਹਾਂ ਤੁਸੀਂ ਲਗਾਤਾਰ ਅੱਗ ਦਿੰਦੇ ਰਹਿੰਦੇ ਹੋ, ਇਹ ਉਬਲਦਾ ਰਹਿੰਦਾ, ਫਿਰ ਇਹ ਸੰਘਣਾ ਹੋ ਜਾਂਦਾ? ਸੰਘਣਾ ਹੋ ਜਾਂਦਾ ਜੀ। ਇਹ 6 ਪੀਪੇ ਪਾ ਕੇ ਅਤੇ ਉਸ ਤੋਂ ਬਾਅਦ 5 ਪੀਪੇ ਆਪਾਂ ਦੇ ਮਤਲਬ ਇਹਨੂੰ
ਖਤਮ ਕਰਨੇ ਨੇ, ਇੱਕ ਪੀਪਾ ਰਹਿਣ ਦੇਣਾ ਜੀ ਸਾਲ ਵਾਲੋ। ਅੱਛਾ, ਇਹ ਇਹ ਚੀਜ਼ ਕਾਹਦੇ ਲਈ ਹੈਗੀ ਆ? ਲੱਕੜ ਦਾ ਬਕਸਾ ਜੀ, ਇਹਨੂੰ ਪੰਜਾਬੀ 'ਚ ਗੰਢ ਆਖਿਆ ਜਾਂਦਾ ਜੀ। ਠੀਕ ਹੈ, ਇਹਦੇ ਵਿੱਚ ਗੁੜ ਪਾ ਕੇ ਫਿਰ ਇਹਨੂੰ ਮਤਲਬ ਹਲਾਈਦਾ, ਹਲਾਉਣ ਦੇ ਨਾਲ ਕਣ ਬਣ ਜਾਂਦਾ, ਗੁੜ ਦੀ ਕੁਆਲਿਟੀ ਵਧੀਆ ਬਣ ਜਾਂਦੀ ਹੈ। ਇੱਕ ਜਿਹੜਾ ਪੱਤ ਲਾਉਣਾ ਤੇ ਪੇਸੀ ਲਾਉਣਾ, ਇਹ ਦੋ ਚੀਜ਼ਾਂ ਹੁੰਦੀਆਂ ਨੇ ਗੁੜ ਬਣਾਉਣ ਦੀ ਪ੍ਰਕਿਰਿਆ ਵਿੱਚ, ਉਹ ਉਸ ਚੀਜ਼ ਦੇ ਬਾਰੇ ਸਾਨੂੰ ਦੱਸਿਓ ਥੋੜਾ ਜਿਹਾ। ਪੱਤ ਲਾਉਣਾ ਕਿਹਨੂੰ ਬੋਲਦੇ ਆ ਤੇ ਪੇਸੀ ਲਾਉਣਾ? ਪੱਤ ਲਾਉਣ ਦਾ ਮਤਲਬ ਹੁੰਦਾ ਵੀ ਜਦੋਂ ਗੁੜ ਤਿਆਰ ਹੋ ਗਿਆ, ਅਖੀਰਲੇ ਚਰਨ ਵਿੱਚ ਆ ਗਿਆ, ਉਹਨੂੰ ਅਸੀਂ ਕਹਿੰਦੇ ਆ ਪੱਤ ਲਾਉਣਾ। ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਗੋਡੀ ਦਿੰਦੇ ਆ, ਰੰਬੇ ਪੈਣ ਵਿੱਚ ਜੀ, ਆ ਦੇਖ ਲਓ ਇਹਨਾਂ ਦੇ ਨਾਲ, ਇਹਦੇ ਨਾਲ ਅਸੀਂ ਗੋਡੀ ਦਿੰਦੇ ਆ, ਹਲਾਉਣੇ ਆ। ਉਸ ਤੋਂ ਬਾਅਦ ਜਦੋਂ ਉਹਨੂੰ ਥੋੜਾ ਜਿਹਾ ਹੱਥ ਲੱਗਦਾ ਹੋ ਜਾਂਦਾ ਹੈ, ਠੀਕ ਹੈ, ਠਰ ਜਾਂਦਾ, ਠੰਡਾ ਹੋ ਜਾਂਦਾ, ਠੀਕ ਹੈ, ਉਦੋਂ ਬਾਅਦ ਫਿਰ ਅਸੀਂ ਪੇਸੀ ਲਾ ਕੇ ਨਾਲ ਦੀ ਨਾਲ ਇੱਥੇ ਰੱਖੀ ਜਾਈਏ। ਪੇਸੀ ਲਾਉਣ ਦਾ ਮਤਲਬ ਵੀ ਗੁੜ ਦੀਆਂ ਡੇਲੀਆਂ ਬਣਾ ਕੇ ਰੱਖਣਾ? ਹਾਂ ਹਾਂ ਹਾਂ, ਪੀਸਸ ਕਰਨਾ ਮਤਲਬ। ਹਾਂ, ਪੇਸੀ ਕਰਨਾ। ਹਾਂਜੀ ਹਾਂਜੀ, ਤੇ ਨਾਲ ਹੀ ਸਾਡਾ ਪਿੱਛੇ ਕਮਾਦ ਦਿਸਦਾ ਪਿਆ ਜੀ, ਉੱਥੋਂ ਹੀ ਤਾਜ਼ਾ ਹੀ ਗੰਨਾ ਲੈਂਦੇ ਹਾਂ ਤੇ ਤਾਜ਼ਾ ਹੀ ਨਾਲ ਦੀ ਨਾਲ ਅਸੀਂ ਤਿਆਰ ਕਰੀ ਜਾਂਦੇ ਹਾਂ ਜੀ। ਇਹ ਬਹੁਤ ਵਧੀਆ ਕੋਸ਼ਿਸ਼ ਹੈਗੀ ਇਹਨਾਂ ਦੀ, ਜਿਹੜਾ ਗੁੜ ਹੈ ਖਾਸ ਤੌਰ ਤੇ ਬੜੇ ਜ਼ਿਆਦਾ ਗੁਣਕਾਰੀ ਫਾਇਦੇ ਰੱਖਦਾ ਹੈ। ਸੋ ਇਹਨਾਂ ਦੀ ਇੱਕ ਕੋਸ਼ਿਸ਼ ਹੈ ਆਪਣੇ ਵੱਲੋਂ ਕਿ ਗੁੜ ਨੂੰ ਦੇਸੀ ਤਰੀਕੇ ਨਾਲ ਉਸੇ ਫਾਰਮ ਦੇ ਵਿੱਚ ਹੀ ਬਣਾਇਆ ਜਾਵੇ ਜਿਹੜਾ ਸਦੀਆਂ ਤੋਂ ਤਰੀਕਾ ਵਰਤਿਆ ਜਾ ਰਿਹਾ। ਸੋ ਉਸੇ ਤਰ੍ਹਾਂ ਇਹਨਾਂ ਚੁਰਾਂ ਬਣਾਈਆਂ ਹੋਈਆਂ ਨੇ, ਅੱਗ ਵੀ ਉਹ ਟ੍ਰੈਡੀਸ਼ਨਲ ਵੇ ਆ, ਕੜਾਹਿਆਂ ਦੇ ਵਿੱਚ ਉਬਾਲਣਾ ਸਭ ਕੁਝ ਟ੍ਰੈਡੀਸ਼ਨਲ ਆ। ਸਿਰਫ ਇੱਕ ਕਲਾੜੇ ਆ, ਕਲਾੜਾ ਜਾਂ ਤੁਸੀਂ ਕਹਿ ਲਓ ਜੂਸਰ ਹੈ, ਜਿਹਦਾ ਇਸਤੇਮਾਲ ਇਹ ਮਸ਼ੀਨਰੀ ਦੇ ਤਰ੍ਹਾਂ ਕਰਦੇ ਨੇ, ਵਰਨਾ ਬਾਕੀ ਸਾਰਾ ਪ੍ਰੋਸੈਸ ਜਿਹੜਾ ਹੈਗਾ ਦੇਸੀ ਆ। ਇਹ ਸਾਡਾ ਜੀ ਪਹਿਲਾ ਸਾਲ ਕਹਿ ਲਓ, ਇਹ ਤਾਂ ਇੱਕ ਸਮਝ ਲਓ ਵੀ ਅਸੀਂ ਆਪ ਤਜਰਬਾ ਹੀ ਕਰਦੇ ਮੈਂ ਪ੍ਰੈਕਟੀਕਲ। ਠੀਕ ਹੈ, ਆਉਂਦੇ ਸੀਜ਼ਨ ਨੂੰ ਅਸੀਂ ਸਹਾਰਨਪੁਰ ਤੋਂ, ਯੂਪੀ ਸਹਾਰਨਪੁਰ ਤੋਂ ਸਪੈਸ਼ਲ ਕਾਰੀਗਰ ਮੰਗਵਾਏ ਨੇ ਜੀ। ਠੀਕ ਹੈ, ਜਿਹੜੇ ਪੱਕਾ ਚੁੰਬਾ ਬਣਾ ਕੇ ਵੱਡਾ, ਮਤਲਬ ਆਉਂਦੇ ਸਾਲ ਨੂੰ ਅਸੀਂ 8 ਤੋਂ 10 ਕਿੱਲੇ ਗੰਨਾ ਕਰ ਦਿਆਂਗੇ। ਠੀਕ ਹੈ, ਮਤਲਬ ਪੂਰਾ ਜੰਗੀ ਪੱਧਰ ਤੇ ਪੂਰਾ ਆਪਦਾ ਵਧੀਆ ਵੱਡਾ ਕੰਮ ਕਰਾਂਗੇ ਜੀ। ਠੀਕ ਹੈ, ਇਸ ਟਾਈਮ ਸਾਡੇ ਕੋਲ 2 ਕਿੱਲੇ ਕਮਾਦ ਤਿਆਰ ਹੈ ਜੀ। ਠੀਕ ਹੈ, ਇਹ ਸਾਰਾ ਗੁੜ ਬਣਾ ਕੇ, ਇਹ ਸਾਡਾ ਗੁੜ ਬੁੱਕ ਹੈ ਜੀ, ਸਾਰਾ ਬੁੱਕ ਹੈ, ਇਹ ਸਾਡੇ ਕੋਲ ਗੁੜ ਬੁੱਕ ਹੈ ਸਾਰਾ ਜੀ, ਸਾਡਾ ਵਿਕਿਆ ਹੋਇਆ ਕਹਿ ਲਓ। ਠੀਕ, ਤੇ ਕਿਉਂ ਨਾ ਅਸੀਂ ਅਗਲੇ ਸਾਲ 8-7-10 ਕਿੱਲੇ ਕਮਾਦ ਲਾਈਏ। ਹਾਂਜੀ, ਸੋ ਬਹੁਤ ਧੰਨਵਾਦ ਤੁਹਾਡਾ ਗੁਰਜੀਤ ਵੀਰ ਜੀ, ਤੁਸੀਂ ਇਹਦੇ ਬਾਰੇ, ਦੇਸੀ ਗੁੜ ਕਿਸ ਤਰ੍ਹਾਂ ਤਿਆਰ ਹੁੰਦਾ ਇਹਦੇ ਬਾਰੇ ਜਾਣਕਾਰੀ ਦਿੱਤੀ ਹੈ, ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਠੀਕ, ਤੁਸੀਂ ਸਾਡੇ ਇੱਥੇ ਆਏ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਠੀਕ ਹੈ, ਥੈਂਕ ਯੂ, ਥੈਂਕ ਯੂ ਜੀ।